ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 10th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 4 ਕੁਆਡ੍ਰੈਟਿਕ ਇਕੁਏਸ਼ਨਸ ਐਕਸਰਸਾਈਜ਼ 4.3 ਤੇ ਇਸ ਐਕਸਰਸਾਈਜ਼ ਦੇ ਫਸਟ 2 ਕੁਐਸਚਨਸ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਕੁਐਸਚਨਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਤੇ ਬੱਚੋ, ਜਿਸ ਪ੍ਰਿੰਸੀਪਲ ਦੇ ਬੇਸ ਤੇ ਅਸੀਂ ਇਹ ਕੁਐਸਚਨ ਸੋਲਵ ਕਰਾਂਗੇ ਉਹ ਇਸ ਤਰ੍ਹਾਂ ਹੈ। ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਵੋ ਜਾਂ ਆਪਣੇ ਰਜਿਸਟਰ ਵਿੱਚ ਵੱਡਾ ਵੱਡਾ ਕਰਕੇ ਸਾਫ ਸੁਥਰਾ ਕਰਕੇ ਇਸ ਗੱਲ ਨੂੰ ਪੂਰਾ ਲਿਖ ਲਵੋ ਤੇ ਚੰਗੀ ਤਰ੍ਹਾਂ ਇਹਨੂੰ ਮੈਮੋਰਾਈਜ਼ ਕਰ ਲਵੋ। ਫੋਰ ਆ ਕੁਆਡ੍ਰੈਟਿਕ ਇਕੁਏਸ਼ਨ ਏ ਐਕਸ ਸਕੁਅਰ ਪਲੱਸ ਬੀ ਐਕਸ ਪਲੱਸ ਸੀ ਇਜ਼ ਇਕੁਅਲ ਟੂ 0, ਇਹ ਬੱਚੋ ਕੁਆਡ੍ਰੈਟਿਕ ਇਕੁਏਸ਼ਨ ਦੀ ਸਟੈਂਡਰਡ ਫਾਰਮ ਹੈਗੀ ਹੈ। ਬੀ ਸਕੁਅਰ ਮਾਈਨਸ 4 ਏ ਸੀ, ਇਹ ਬੀ ਲੈਣਾ, ਇਹਦਾ ਸਕੁਅਰ ਕਰਨਾ, ਮਾਈਨਸ 4 ਨੂੰ ਏ ਨਾਲ ਗੁਣਾ ਕਰਨਾ, ਫਿਰ ਸੀ ਨਾਲ ਗੁਣਾ ਕਰਨਾ, ਮਾਈਨਸ 4 ਏ ਸੀ। ਇਹ ਹੈਗਾ ਡਿਟਰਮਿਨਸ, ਇਹ ਡਿਟਰਮਿਨ ਕਰਦਾ ਹੈ ਵੈਦਰ ਦੀ ਇਕੁਏਸ਼ਨ ਹੈਜ਼ ਰੀਅਲ ਰੂਟਸ ਔਰ ਨੋਟ। ਠੀਕ ਹੈ, ਦੇਅਰ ਫੋਰ ਬੀ ਸਕੁਅਰ ਮਾਈਨਸ 4 ਏ ਸੀ ਇਜ਼ ਕਾਲਡ ਦੀ ਡਿਸਕ੍ਰਿਮੀਨੈਂਟ। ਇਹਨੂੰ ਡਿਸਕ੍ਰਿਮੀਨੈਂਟ ਕਿਹਾ ਜਾਂਦਾ ਹੈ, ਬੀ ਸਕੁਅਰ ਮਾਈਨਸ 4 ਏ ਸੀ ਨੂੰ, ਇਹਨੂੰ ਅਸੀਂ ਲਿਖਦੇ ਹਾਂ ਡੀ, ਕੈਪੀਟਲ ਡੀ, ਡਿਸਕ੍ਰਿਮੀਨੈਂਟ ਆਫ ਦਿਸ ਕੁਆਡ੍ਰੈਟਿਕ ਇਕੁਏਸ਼ਨ। ਐਡੀ ਕੁਆਡ੍ਰੈਟਿਕ ਇਕੁਏਸ਼ਨ ਦਾ ਬੀ ਸਕੁਅਰ ਮਾਈਨਸ 4 ਏ ਸੀ ਨੂੰ ਕਿਹਾ ਜਾਂਦਾ ਹੈ ਡਿਸਕ੍ਰਿਮੀਨੈਂਟ। ਠੀਕ ਹੈ, ਸੋ ਆ ਕੁਆਡ੍ਰੈਟਿਕ ਇਕੁਏਸ਼ਨ ਏ ਐਕਸ ਸਕੁਅਰ ਪਲੱਸ ਬੀ ਐਕਸ ਪਲੱਸ ਸੀ ਇਕੁਅਲ ਟੂ 0 ਹੈਜ਼ 3 ਪੋਸੀਬਿਲਿਟੀਆਂ, 2 ਡਿਸਟਿੰਕਟ ਰੀਅਲ ਰੂਟਸ ਇਫ ਬੀ ਸਕੁਅਰ ਮਾਈਨਸ 4 ਏ ਸੀ ਇਜ਼ ਗ੍ਰੇਟਰ ਦੈਨ 0। ਠੀਕ ਹੈ, 2 ਇਕੁਅਲ ਰੀਅਲ ਰੂਟਸ ਇਫ ਬੀ ਸਕੁਅਰ ਮਾਈਨਸ 4 ਏ ਸੀ ਇਜ਼ ਇਕੁਅਲ ਟੂ 0, ਇਹ ਗ੍ਰੇਟਰ ਦੈਨ 0 ਹੈ, ਇੱਥੇ ਇਜ਼ ਇਕੁਅਲ ਟੂ 0। ਤੇ ਨੋ ਰੀਅਲ ਰੂਟਸ, ਰੀਅਲ ਰੂਟ ਕੋਈ ਨਹੀਂ ਹੋਣਗੇ ਇਫ ਬੀ ਸਕੁਅਰ ਮਾਈਨਸ 4 ਏ ਸੀ ਇਜ਼ ਲੈਸ ਦੈਨ 0। ਇਸ ਗੱਲ ਨੂੰ ਬੱਚੋ ਚੰਗੀ ਤਰ੍ਹਾਂ ਪੜ੍ਹ ਲਓ ਬਾਰ ਬਾਰ, ਤੇ ਇਹਨੂੰ ਚੰਗੀ ਤਰ੍ਹਾਂ ਦਿਮਾਗ ਵਿੱਚ ਬਿਠਾ ਲਓ ਤੇ ਮੈਮੋਰਾਈਜ਼ ਕਰ ਲਓ। ਆਓ ਦੇਖੀਏ ਕੁਐਸਚਨਸ। ਸੋ ਕੁਐਸਚਨ ਹੈ ਬੱਚੋ, ਫਾਈਂਡ ਦੀ ਨੇਚਰ ਆਫ ਦੀ ਰੂਟਸ ਆਫ ਦੀ ਫੋਲੋਇੰਗ ਕੁਆਡ੍ਰੈਟਿਕ ਇਕੁਏਸ਼ਨਸ ਇਫ ਦੀ ਰੀਅਲ ਰੂਟਸ ਐਗਜ਼ਿਸਟ ਫਾਈਂਡ ਦੈਮ। ਜੇ ਰੀਅਲ ਰੂਟ ਐਗਜ਼ਿਸਟ ਨਹੀਂ ਕਰਦੇ ਫਿਰ ਫਾਈਂਡ ਆਊਟ ਹੀ ਨਹੀਂ ਕਰਨੇ, ਅਗਰ ਰੀਅਲ ਰੂਟ ਐਗਜ਼ਿਸਟ ਕਰਦੇ ਨੇ ਤੇ ਦੈਨ ਵੀ ਹੈਵ ਟੂ ਫਾਈਂਡ ਦੈਮ। ਸੋ ਇਹ ਤਿੰਨ ਹੈਗੇ ਨੇ, ਆਓ ਇੱਕ ਇੱਕ ਕਰਕੇ ਕਰਦੇ ਹਾਂ। ਸੋ ਪਹਿਲਾ ਹੈਗਾ ਬੱਚੇ 2x ਸਕੁਅਰ ਮਾਈਨਸ 3x ਪਲੱਸ 5 ਇਜ਼ ਇਕੁਅਲ ਟੂ 0। ਹੇਅਰ ਏ ਇਜ਼ ਇਕੁਅਲ ਟੂ 2, ਏ ਹੈਗਾ, ਬੀ ਇਜ਼ ਇਕੁਅਲ ਟੂ ਮਾਈਨਸ 3, ਸੀ ਇਜ਼ ਇਕੁਅਲ ਟੂ 5, ਬਿਲਕੁਲ ਸਿਸਟਮੈਟਿਕ ਢੰਗ ਨਾਲ। ਠੀਕ ਹੈ, ਸੋ ਡਿਸਕ੍ਰਿਮੀਨੈਂਟ ਕੀ ਹੈ ਬੱਚੋ, ਡੀ ਇਜ਼ ਇਕੁਅਲ ਟੂ ਬੀ ਸਕੁਅਰ ਮਾਈਨਸ 4 ਏ ਸੀ। ਸੋ ਬੀ ਕਿੰਨਾ ਹੈ, ਮਾਈਨਸ 3 ਦਾ ਹੋਲ ਸਕੁਅਰ ਮਾਈਨਸ 4, ਏ ਹੈਗਾ 2, ਸੀ ਹੈਗਾ 5। ਠੀਕ ਹੈ, ਸੋ ਮਾਈਨਸ 3 ਦਾ ਸਕੁਅਰ ਹੋ ਗਿਆ 9, ਅਤੇ 4 ਦੁਨੀਆ 8, 8 ਪੰਜ 40, ਮਾਈਨਸ 40। ਸੋ 9 ਮਾਈਨਸ 40 ਕਿੰਨਾ ਹੋ ਗਿਆ ਬੱਚੋ, ਮਾਈਨਸ 31, ਵਿਚ ਇਜ਼ ਲੈਸ ਦੈਨ 1। ਅਤੇ ਜੇ ਲੈਸ ਦੈਨ 1 ਹੋਵੇ ਤਾਂ ਕੀ ਅਸੀਂ ਕਹਿੰਦੇ, ਨੋ ਰੀਅਲ ਰੂਟਸ। ਐਜ਼ ਦੀ ਡਿਸਕ੍ਰਿਮੀਨੈਂਟ ਇਜ਼ ਲੈਸ ਦੈਨ 0, ਦੀ ਗਿਵਨ ਇਕੁਏਸ਼ਨ ਹੈਜ਼ ਨੋ ਰੀਅਲ ਰੂਟਸ। ਹੁਣ ਦੇਖੋ ਬੱਚੋ, ਗੱਲ ਅਗਰ ਕੰਸੈਪਟ ਸਮਝ ਆ ਜਾਏ, ਪ੍ਰਿੰਸੀਪਲ ਸਮਝ ਆ ਜਾਏ, ਤੇ ਕੁਐਸਚਨ ਸੋਲਵ ਕਰਨੇ ਕਿੰਨੇ ਸੌਖੇ ਹੋ ਜਾਂਦੇ ਨੇ। ਠੀਕ ਹੈ, ਆਓ ਅਗਲਾ ਕੁਐਸਚਨ ਦੇਖੀਏ। ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਰਿਮਾਈਂਡ ਕਰਾ ਦਵਾਂ, ਇਸੇ ਚੈਨਲ ਤੇ ਤੁਹਾਡੀਆਂ 10th ਕਲਾਸ ਨਾਲ ਰਿਲੇਟਡ ਕੁਝ ਹੋਰ ਪਲੇਲਿਸਟ ਵੀ ਹੈਗੀਆਂ, ਤੁਸੀਂ ਉਹ ਵੀ ਜ਼ਰੂਰ ਦੇਖੋ ਚੈਨਲ ਤੇ ਜਾ ਕੇ। ਇੱਕ ਹੈਗੀ 10th ਇੰਗਲਿਸ਼ MCV, ਇੱਕ ਹੈਗੀ 10th ਇੰਗਲਿਸ਼ ਲਿਟਰੇਚਰ, ਇੱਕ ਹੈਗੀ 10th ਗ੍ਰੈਮਰ, ਇੱਕ ਹੈਗੀ 10th ਸਾਇੰਸ, ਫਿਰ ਇੱਕ ਹੈਗੀ ਮੈਥ ਕਨਸੈਪਟਸ, ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ, ਤੇ ਪੰਜਾਬੀ ਮੀਡੀਅਮ ਵਿੱਚ 2 ਪਲੇਲਿਸਟਾਂ ਹੈਗੀਆਂ, ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ 10ਵੀਂ ਗਣਿਤ। ਸੋ ਚੈਨਲ ਤੇ ਜਾਓ, ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ੍ਹ ਕੇ ਜ਼ਰੂਰ ਦੇਖੋ। ਸੋ ਆ ਦੇਖੀਏ ਬੱਚੋ, ਦੂਸਰਾ ਪਾਰਟ ਹੈ 3x ਸਕੁਅਰ ਮਾਈਨਸ 4 ਅੰਡਰ ਰੂਟ 3x ਪਲੱਸ 4 ਇਜ਼ ਇਕੁਅਲ ਟੂ 0। ਹੇਅਰ a ਇਜ਼ ਇਕੁਅਲ ਟੂ 3, ਇਹ ਦੇਖੋ, ਤੇ b ਇਜ਼ ਇਕੁਅਲ ਟੂ ਮਾਈਨਸ 4 ਅੰਡਰ ਰੂਟ 3, ਤੇ c ਇਜ਼ ਇਕੁਅਲ ਟੂ 4।
सो डिस्क्रिमिनेंट डी इज इक्वल टू बी स्क्वायर माइनस फोर ए सी इज इक्वल टू माइनस फोर थ्री अंडर रूट होल स्क्वायर इज इक्वल टू ए माइनस फोर इंटू थ्री इंटू फोर। सो चार चौक सोलह तो अंडर रूट थ्री का स्क्वायर हो जाएगा थ्री, सोलह थी अड़ताली, अड़ताली आ गया। तो फोर थ्री का ट्वेल्व, ट्वेल्व फोर का फोर्टी एट, माइनस फोर्टी एट इज इक्वल टू जीरो। सो बच्चों जीरो आ जाते की कहने टू इक्वल रूट्स। एज द डिस्क्रिमिनेंट इज इक्वल टू जीरो द गिवन इक्वेशन हैज टू इक्वल रियल रूट्स। सो नाउ उन्हें फाइंड आउट करांगे रूट्स के नाम फाइंड आउट करी देने एक्स इज इक्वल टू जो एक्स क्योंकि जो इतने वेरिएबल है इज इक्वल टू माइनस बी फिर प्लस माइनस तो डी जो डिस्क्रिमिनेंट फाइंड आउट किया एवला वह अंडर रूट तो डिवाइडेड बाय टू ए। सो माइनस एवला तो बी है माइनस फोर अंडर रूट थ्री तो प्लस माइनस तो जीरो अंडर रूट बटा टू इंटू थ्री। हूँ बचो जीरो अंडर रूट का तो जीरो ही होंगे तो किसी भी चीज़ तो बाद प्लस जीरो करो या माइनस जीरो करो वो कोई वैल्यू नहीं रह जाती। सो ए जो पार्ट ए गायब हो जाएगा। सो माइनस माइनस हो गया प्लस, ठीक है। तो दो दे डिवाइड करा टू टू द फोर तो इतने आ गया टू अंडर रूट थ्री अपॉन थ्री। सो दो रूट हो गए तो दो आर बनो बोथ आर इक्वल। सो एक्स इज इक्वल टू टू अंडर रूट थ्री बाय थ्री कॉमा फिर वही जो इतने लिखे वही फिर लिख देना टू अंडर रूट थ्री बाय थ्री। सो बच्चों साढ़े को दो पॉसिबिलिटी आ गई। पहला पार्ट सेगा लैस दैन जीरो नो रियल रूट्स, दूसरे पार्ट में आया डी इज इक्वल टू जीरो सो टू इक्वल रूट्स। आओ देखिए हम थर्ड पार्ट की कहना है। थर्ड पार्ट में आया टू एक्स स्क्र माइनस सिक्स एक्स प्लस थ्री इज इक्वल टू जीरो, हेयर ए इज इक्वल टू टू बी इज इक्वल टू माइनस सिक्स तो सी इज इक्वल टू थ्री। सो डिस्क्रिमिनेंट डी इज इक्वल टू बी स्क्वायर माइनस फोर सी इज इक्वल टू माइनस सिक्स द होल स्क्वायर माइनस फोर इंटू टू इंटू थ्री। सो सिक्स सिक्स द थर्टी सिक्स, चार दुनी अठ, अड़ती है चौबी, माइनस ट्वेंटी फोर। सो इज इक्वल टू कितना आया थर्टी सिक्स माइनस ट्वेंटी फोर इज इक्वल टू ट्वेल्व विच इज ग्रेटर दैन जीरो। लो जी तीनों पॉसिबिलिटीज आ गई, असी इज इक्वल टू जीरो वाला भी कर लिया, लैस दैन जीरो वाला भी कर लिया, तो ग्रेटर दैन जीरो वाला भी कर लिया। तो बच्चों वैन ग्रेटर दैन जीरो हो तो होंगे टू डिस्टिंक्ट नॉट इक्वल, इज इक्वल टू जीरो टू इक्वल रूट्स तो ग्रेटर दैन जीरो टू डिस्टिंक्ट रियल रूट्स। सो एज द डिस्क्रिमिनेंट इज ग्रेटर दैन जीरो द गिवन इक्वेशन हैज टू डिस्टिंक्ट रियल रूट्स। डिस्टिंक्ट मैंने दो रूट्स रियल होंगे तो दोनों की वैल्यू डिफरेंट होगी, ठीक है। आओ देखिए, सो एक्स इज इक्वल टू माइनस बी प्लस माइनस डी अंडर रूट डिवाइडेड बाई टू ए। सो इज इक्वल टू माइनस विद इन ब्रैकेट क्योंकि बी माइनस सिक्स है माइनस सिक्स प्लस ट्वेल्व द अंडर रूट डिवाइडेड बाई टू इंटू ए इज टू, ठीक है बच्चों। सो है माइनस माइनस प्लस हो जाएगा सिक्स प्लस माइनस। हूँ बच्चों ट्वेल्व में जल्द ब्रेक करा तो फोर इंटू थ्री ट्वेल्व तो फोर का अंडर रूट की होंगे टू। सो टू बार आ गया अंडर रूट थ्री अंदर आ गया बटा फोर। हूँ बच्चों असं दो डिवाइड करेंगे टू टू द फोर टू थ्री द सिक्स तो यह टू भी कट जाएगा क्योंकि इतने प्लस माइनस है ना। सो है फोर दोनों डिवाइड करेगा। सो टू टू द फोर टू थ्री द सिक्स टू 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 के टू कट गया टू वन द टू तो यह बच गया थ्री प्लस माइनस अंडर रूट थ्री बाय टू। सो दो रूट कड़े हो गए बच्चों, एक लिखांगे प्लस एक लिखांगे माइनस। थ्री प्लस अंडर रूट थ्री डिवाइडेड बाय टू एंड थ्री माइनस अंडर रूट थ्री बाय टू। सो प्लस करके ते माइनस करके दोनों की वैल्यू डिफरेंट आएगी, दैट इज वाई दे आर डिस्टिंक्ट रियल रूट्स। बिकॉज थ्री प्लस अंडर रूट थ्री कुछ होर होंगे, थ्री माइनस अंडर रूट थ्री कुछ होर होंगे। तो जब दोनों दोनों डिवाइड करेंगे तो नैचुरली वैल्यू उन्हों की अलग अलग आएगी। सो दैट इज़ वाई दे आर डिस्टिंक्ट रूट्स। सो बच्चे बड़ा वधिया क्वेश्चन से, तीनों किस्म की तीनों वरायटी तुहाडी जिहड़ी है उहदे बारे तुहानूं हुण पता लग गया।
ਆਹ ਹੁਣ ਬੱਚੋ ਇਹਦੀ ਐਪਲੀਕੇਸ਼ਨ ਜਿਹੜੀ ਹੈ ਇਹ ਕਿਸ ਤਰ੍ਹਾਂ ਕਰਦੇ ਆ, ਸਵਾਲ ਸੋਲਵ ਕਰਨ ਵਾਲੇ ਕੋਲ। ਫਾਇੰਡ ਦੀ ਵੈਲਿਊਜ਼ ਆਫ ਕੇ ਫੋਰ ਈਚ ਆਫ ਦੀ ਫੋਲੋਇੰਗ ਕੁਆਡਰੈਟਿਕ ਇਕੁਏਸ਼ਨਸ ਸੋ ਦੈਟ ਦੇ ਹੈਵ ਟੂ ਇਕੁਅਲ ਰੂਟਸ। ਹੁਣ ਬੱਚੋ ਸਾਨੂੰ ਇਕੁਅਲ ਰੂਟਸ ਦੀ ਕੰਡੀਸ਼ਨ ਪਤਾ ਹੋਣੀ ਚਾਹੀਦੀ ਹੈ, ਤਾਂ ਇਹ ਸਵਾਲ ਸੋਲਵ ਹੋਏਗਾ। ਆਓ ਦੇਖੀਏ ਕਿੱਦਾਂ ਕਰਨਾ। ਸੋ ਇਹ ਹੈਗਾ 2x² ਪਲੱਸ ਕੇ ਐਕਸ ਪਲੱਸ 3 ਇਜ਼ ਇਕੁਅਲ ਟੂ 0। ਹੇਅਰ ਏ ਇਜ਼ ਇਕੁਅਲ ਟੂ 2, ਬੀ ਇਜ਼ ਇਕੁਅਲ ਟੂ ਕੇ, ਸੀ ਇਜ਼ ਇਕੁਅਲ ਟੂ 3। ਸੋ ਡਿਸਕ੍ਰਿਮੀਨੈਂਟ ਪਹਿਲੇ ਤਾਂ ਇੱਦਾਂ ਕਰਨਾ ਆਰਾਮ ਦੇ ਨਾਲ, b² ਮਾਈਨਸ 4ac ਇਜ਼ ਇਕੁਅਲ ਟੂ k² ਮਾਈਨਸ 4 2 3, 4 2 8, 8 3 24 ਇਜ਼ ਇਕੁਅਲ ਟੂ k² ਮਾਈਨਸ 24। ਹੁਣ ਬੱਚੋ ਉਹਨਾਂ ਨੇ ਕੀ ਕਿਹਾ, ਦੀ ਰੂਟਸ ਆਫ ਆ ਕੁਆਡਰੈਟਿਕ ਇਕੁਏਸ਼ਨ ਆਰ ਇਕੁਅਲ ਵੈਨ ਦੀ ਡਿਸਕ੍ਰਿਮੀਨੈਂਟ ਇਜ਼ 0। ਤੇ ਡਿਸਕ੍ਰਿਮੀਨੈਂਟ ਕੀ ਹੈਗਾ, k² ਮਾਈਨਸ 24। ਤੇ ਇਹਨਾਂ ਨੇ ਕੀ ਕਿਹਾ, ਫਾਇੰਡ ਦੀ ਵੈਲਿਊ ਆਫ k ਇਫ ਦੀ ਰੂਟਸ ਆਫ ਦੀ ਕੁਆਡਰੈਟਿਕ ਇਕੁਏਸ਼ਨਸ ਆਰ ਇਕੁਅਲ। ਤੇ ਇਕੁਅਲ ਤਾਂ ਹੋਣਗੇ ਜੋ ਡਿਸਕ੍ਰਿਮੀਨੈਂਟ 0 ਹੋਏਗਾ, ਤੇ ਇਹ ਸਾਡਾ ਡਿਸਕ੍ਰਿਮੀਨੈਂਟ ਆਇਆ। ਇਹਦਾ ਮਤਲਬ ਕੀ ਹੋਇਆ ਕਿ ਅਸੀਂ k² ਮਾਈਨਸ 24 ਨੂੰ 0 ਦੇ ਬਰਾਬਰ ਕਰਾਂਗੇ। ਸੋ k² ਮਾਈਨਸ 24 ਇਜ਼ ਇਕੁਅਲ ਟੂ 0 ਔਰ k² ਇਜ਼ ਇਕੁਅਲ ਟੂ 24, ਦੈਟ ਇਜ਼ k ਇਜ਼ ਇਕੁਅਲ ਟੂ ਪਲੱਸ ਮਾਈਨਸ 24 ਅੰਡਰ ਰੂਟ, ਇਜ਼ ਇਕੁਅਲ ਟੂ ਪਲੱਸ ਮਾਈਨਸ 4 ਇੰਟੂ 6 ਅੰਡਰ ਰੂਟ, 4 ਦਾ ਅੰਡਰ ਰੂਟ 2, ਪਲੱਸ ਮਾਈਨਸ 2 ਅੰਡਰ ਰੂਟ 6। ਦਸ k ਇਜ਼ ਇਕੁਅਲ ਟੂ ਇੱਕ ਪਲੱਸ ਹੈ ਇੱਕ ਮਾਈਨਸ ਹੈ, ਈਦਰ 2 ਅੰਡਰ ਰੂਟ 6 ਔਰ k ਇਜ਼ ਇਕੁਅਲ ਟੂ ਮਾਈਨਸ 2 ਅੰਡਰ ਰੂਟ 6। ਇਹ ਸਾਡਾ ਆ ਗਿਆ ਆਂਸਰ। ਆਓ ਹੁਣ ਸੈਕਿੰਡ ਪਾਰਟ ਦੇਖੀਏ। ਹੁਣ ਹੈਗਾ ਬੱਚੋ k x x ਮਾਈਨਸ 2 ਪਲੱਸ 6 ਇਜ਼ ਇਕੁਅਲ 0। ਹੁਣ ਬੱਚਾ ਦੇਖੋ ਥੋੜ੍ਹਾ ਸਵਾਲ ਟੇਢਾ ਕਰ ਦਿੱਤਾ ਹੈ, ਅਸੀਂ ਇਹਨੂੰ ਕੀ ਕਰਾਂਗੇ, ਪਹਿਲੇ ਇਹਨੂੰ ਸਿੰਪਲੀਫਾਈ ਕਰਾਂਗੇ। ਇਹ ਸਟੈਂਡਰਡ ਫਾਰਮ ਵਿੱਚ ਨਹੀਂ ਹੈ, ਇਹਨੂੰ ਸਟੈਂਡਰਡ ਫਾਰਮ ਵਿੱਚ ਲਿਆਵਾਂਗੇ ਪਹਿਲੇ। ਸੋ ਇਹਨੂੰ ਇਸ ਤਰ੍ਹਾਂ ਲਿਖਾਂਗੇ, ਕੈਨ ਬੀ ਰਿਟਨ ਐਜ kx² ਮਾਈਨਸ 2 kx ਪਲੱਸ 6 ਇਜ਼ ਇਕੁਅਲ ਟੂ 0। ਹੁਣ ਦੇਖੋ ਬੱਚੋ a ਇਜ਼ ਇਕੁਅਲ ਟੂ k ਤੇ b ਇਜ਼ ਇਕੁਅਲ ਟੂ 2k, b ਇਜ਼ ਇਕੁਅਲ ਟੂ 2k ਮਾਈਨਸ 2k ਮਾਈਨਸ 2k ਐਂਡ ਇੱਥੇ ਬੱਚੋ ਅਤੇ ਨਹੀਂ ਹੈਗਾ ਐਂਡ ਹੈਗਾ ਐਂਡ c ਇਜ਼ ਇਕੁਅਲ ਟੂ 6, c ਇਜ਼ ਇਕੁਅਲ ਟੂ 6। ਠੀਕ ਹੈ, ਇੱਥੇ ਬੱਚੋ ਅਤੇ ਲਿਖਿਆ ਗਿਆ, ਉਹ ਫੌਂਟ ਚੇਂਜ ਹੋ ਗਿਆ ਉਹਨਾਂ ਕਿਤੇ। ਠੀਕ ਹੈ, ਸੋ ਡਿਸਕ੍ਰਿਮੀਨੈਂਟ d ਇਜ਼ ਇਕੁਅਲ ਟੂ b² ਮਾਈਨਸ 4ac ਇਜ਼ ਇਕੁਅਲ ਟੂ ਮਾਈਨਸ 2k ਹੋਲ ਸਕੁਅਰ ਮਾਈਨਸ 4k ਤੇ 6। ਇਹ ਮਾਈਨਸ 2k b ਹੈਗਾ 4, ਫਿਰ a ਹੈਗਾ ਆਪਣਾ k ਤੇ c ਹੈਗਾ 6। ਸੋ ਇਹ ਕੀ ਬਣ ਗਿਆ ਬੱਚੋ, ਮਾਈਨਸ 2 ਦਾ ਸਕੁਅਰ ਹੈਗਾ 4, ਸੋ 4k² ਤੇ 4 6 ਦਾ 24 ਮਾਈਨਸ 24 k। ਦੀ ਰੂਟਸ ਆਫ ਅ ਕੁਆਡਰੈਟਿਕ ਇਕੁਏਸ਼ਨ ਆਰ ਇਕੁਅਲ ਵੈਨ ਦੀ ਡਿਸਕ੍ਰਿਮੀਨੈਂਟ ਇਜ਼ 0। ਸੋ 4k² ਮਾਈਨਸ 24 k ਇਜ਼ ਇਕੁਅਲ ਟੂ 0 ਔਰ 4 ਕਾਮਨ ਲਵਾਂਗੇ, 4k² ਮਾਈਨਸ 6k ਇਜ਼ ਇਕੁਅਲ ਟੂ 0। ਸੋ ਬੱਚੋ 4 0 ਨਾਲ ਕੱਟਿਆ ਜਾਏਗਾ, ਜਿਹੜੇ 4 ਥੱਲੇ ਆ ਜਾਏਗਾ 0.4 ਇਜ਼ ਇਕੁਅਲ ਟੂ 0 ਔਰ k² ਮਾਈਨਸ 6k ਇਜ਼ ਇਕੁਅਲ ਟੂ 0। ਹੁਣ k ਕਾਮਨ ਆ ਜਾਏਗਾ, ਸੋ k ਮਾਈਨਸ 6 ਇਜ਼ ਇਕੁਅਲ ਟੂ 0। ਹੁਣ k ਇਜ਼ ਇਕੁਅਲ ਟੂ 0 ਵੀ ਹੋ ਸਕਦਾ ਹੈ ਔਰ k ਮਾਈਨਸ 6 ਇਜ਼ ਇਕੁਅਲ ਟੂ 0 ਤੇ ਮੀਨਸ k ਇਜ਼ ਇਕੁਅਲ ਟੂ 6 ਵੀ ਹੋ ਸਕਦਾ ਹੈ। ਬੱਚੋ ਹੁਣ ਇੱਥੇ ਆਨਸਰ ਤੁਸੀਂ ਇਹ ਨਹੀਂ ਲਿਖਣਾ ਕਿ k ਇਜ਼ ਇਕੁਅਲ ਟੂ 0 ਤੇ k ਇਜ਼ ਇਕੁਅਲ ਟੂ 6, ਕਿਉਂਕਿ k ਬੱਚੋ x² ਦਾ ਕੋਫੀਸ਼ੀਐਂਟ ਹੈਗਾ ਤੇ ਕੁਆਡਰੈਟਿਕ ਇਕੁਏਸ਼ਨ ਵਿੱਚ x² ਦਾ ਕੋਫੀਸ਼ੀਐਂਟ 0 ਨਹੀਂ ਹੋ ਸਕਦਾ। ਬਟ ਇਨ ਆ ਕੁਆਡਰੈਟਿਕ ਇਕੁਏਸ਼ਨ ਦੀ ਕੋਫੀਸ਼ੀਐਂਟ ਆਫ x² ਕੈਨ ਨਾਟ ਬੀ 0। ਸੋ k ਇਜ਼ ਇਕੁਅਲ ਟੂ 0 ਇਜ਼ ਰਿਜੈਕਟਿਡ ਤੇ ਆਨਸਰ ਆ ਗਿਆ k ਇਜ਼ ਇਕੁਅਲ ਟੂ 6। ਦੇਅਰਫੋਰ ਰਿਜੈਕਟਿੰਗ k ਇਜ਼ ਇਕੁਅਲ ਟੂ 0 ਵੀ ਗੈਟ k ਇਜ਼ ਇਕੁਅਲ ਟੂ 6। ਸੋ ਬੱਚਿਓ ਇਹ ਸਵਾਲ ਜਿਹੜਾ ਸੈਕਿੰਡ ਸੀਗਾ ਬੜਾ ਹੀ ਇੰਟਰਸਟਿੰਗ ਤੇ ਕਨਸੈਪਚੁਅਲ ਸੀਗਾ। ਸੋ ਬੜੇ ਹੀ ਵਧੀਆ ਕੁਐਸਚਨ ਸੀ ਬੱਚਿਓ ਆਪਣੇ, ਇਹਨਾਂ ਦੀ ਤੁਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।